ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਇਹਨਾਂ ਜੋੜੀ ਵਿੱਚ ਲੜਾਈ ਹੋਈ ਅਤੇ ਉੱਥੇ ਇਹਨੇ ਵਿਰੁੱਧ ਗ੍ਰਿਫ ਮਾਰ ਦਿੱਤੇ ਪਹਿਲਾਂ ਗ੍ਰਿਫ ਮਾਰ ਕੇ ਤੋਂ ਬਾਅਦ ਦੇ ਵਿੱਚ ਇਹਨੇ ਕੀ ਕੀਤਾ ਉਸ ਫੜਕੇ ਨੂੰ ਲੈ ਗਈ। ਇੱਦਾਂ ਇਹ ਵੀ ਕੱਲ੍ਹ ਚਾਰ ਪੰਜ ਦਿਨ ਦੀ ਗੱਲ ਹੋ ਗਈ ਆ ਅਤੇ ਇਹਨਾਂ ਥੋੜ੍ਹੀ ਬਹੁਤੀ ਲੜਾਈ ਹੋਈ ਅਤੇ ਉੱਥੇ ਇਹਨੇ ਮੁੰਡੇ 'ਤੇ ਗ੍ਰਿਫ ਮਾਰ ਦਿੱਤੇ ਪਹਿਲਾਂ ਗ੍ਰਿਫ ਮਾਰ ਕੇ ਤੋਂ ਬਾਅਦ ਦੇ ਵਿੱਚ ਇਹਨੇ ਕੀ ਕੀਤਾ ਉਸ ਫੜਕੇ ਨੂੰ ਲੈ ਗਈ ਅਤੇ ਫਿਰ ਅਸੀਂ ਹਰ ਵੀ ਦਿਨ ਦੀ ਮੁਕਾਤੀ ਅਸੀਂ ਕਿਤੇ ਮਾਂ ਆਪਣੀ ਮਾਂ ਨੇ ਦਵਾਈ ਲੈਣ ਭੇਜਿਆ ਵੀ ਜਾ ਪੁੱਤ ਦਵਾਈ ਲੈ ਆਇਆ ਜਾ ਕੇ ਇਹਨੇ ਰਸਤੇ 'ਚ ਘਿਰ ਕੇ ਅਤੇ ਫਿਰ ਛੁਰੀ ਮਾਰ ਕਿੰਨੇ ਮਾਰੀ ਛੁਰੀ ਬਿੰਨੀ ਨੇ ਕਿੰਨੇ ਕੁ ਵਜੇ ਦੀ ਗੱਲ ਆ ਫਲਾਸ਼ ਦਾ ਲੜਕਾ ਕਿੰਨੇ ਕੁ ਵਜੇ ਦੀ ਗੱਲ ਗੱਲ ਹੈਗੀ ਕੋਈ 6:30 ਵਜੇ ਦੀ ਇਸ ਤੋਂ ਪਹਿਲਾਂ ਵੀ ਕੋਈ ਗੱਲਬਾਤ ਹੋਈ ਇਸ ਤੋਂ ਪਹਿਲਾਂ ਵੀ ਕੋਈ ਲੜਾਈ ਲੜੀ ਹੋਈ ਇਹਨਾਂ ਦੀ ਪਹਿਲਾਂ ਵੀ ਕੋਈ ਲੜਾਈ ਚਾਰ ਦਿਨ ਪਹਿਲਾਂ ਲੜਾਈ ਹੋਈ ਕਿੱਥੇ ਰਾਮਲੀਲਾ ਅੱਛਾ ਅਤੇ ਇਹ ਤੁਹਾਡਾ ਲੜਕਾ ਕੀ ਕਰਦਾ ਸੀ ਇੱਥੇ ਰਾਮਲੀਲਾ ਰੋਡ ਹਾਲ ਕਰਦੇ ਸੀ ਪ੍ਰਾਈਵੇਟ ਰਾਮਲੀਲਾ ਦੇਖਣ ਗਿਆ ਸੀ ਇਹ ਪੇਸ਼ੈਂਟ ਸਾਡੇ ਕੋਲ ਬਰੋਨ ਬੈਡ ਹੀ ਆਇਆ ਕੋਈ 9 ਵਜੇ ਦੇ ਕਰੀਬ ਅਤੇ ਇਹ ਸੁਜਾਨਪੁਰ ਦਾ ਰਹਿਣ ਵਾਲਾ ਹੈ ਅਤੇ ਇਹ ਪੇਸ਼ੈਂਟ ਦੇ ਅਕੋਰਡਿੰਗ ਜਿਹੜੇ ਰਿਲੇਟਿਵ ਸੀਗੇ ਇਹਦੇ ਉਹਦੇ ਅਕੋਰਡਿੰਗ ਵੀ ਲੜਾਈ ਝਗੜਾ ਹੋਇਆ ਹੈ ਸੁਜਾਨਪੁਰ ਦੇ ਵਿੱਚ ਅਤੇ ਕੋਈ ਤੇਜ਼ ਹਥਿਆਰ ਦਾ ਯੂਜ ਹੋਣ ਦੇ ਕਾਰਨ ਇਹਦੇ ਪੇਟ 'ਚ ਕਾਫੀ ਜ਼ਿਆਦਾ ਸਵੇਅਰ ਇੰਜਰੀ ਸੀ ਉਹਦੇ ਕਾਰਨ ਇਹਦੀ ਮੌਤ ਹੋਈ ਬਾਕੀ ਪੋਸਟਮਾਰਟਮ ਤੋਂ ਬਾਅਦ ਦੱਸਿਆ ਜਾ ਰਿਹਾ ਕੋਜ਼ ਆਫ ਡੈਥ ਕੀ ਹੈ। ਇਤਲਾਹ ਮਿਲੀ ਕਿ ਚੌਹਾਨ ਵੈਟਰਨਰੀ ਹੋਸਪਿਟਲ ਦੇ ਵਿੱਚ ਪ੍ਰਵੇਸ਼ ਕੁਮਾਰ ਪੁੱਤਰ ਜਨਕ ਰਾਜ ਜ਼ਖਮੀ ਹਾਲਤ ਵਿੱਚ ਦਾਖਲ ਹੈ। ਜਦੋਂ ਇੱਥੇ ਪਹੁੰਚਿਆ ਤਾਂ ਪਤਾ ਕੀਤਾ ਤਾਂ ਪਤਾ ਲੱਗਾ ਕਿ ਬਿੰਨੀ ਪੁੱਤਰ ਕੈਲਾਸ਼ ਚੰਦ ਵਾਸੀ ਖੱਡ ਮੁੱਲਾ ਨੇ ਉਸ ਨੂੰ ਅੱਜ ਤੋਂ 4 ਦਿਨ ਪਿਛਲੀ ਇੱਕ ਜਾਤੀ ਰੰਜਿਸ਼ ਰੱਖ ਕੇ ਉਸ ਨੂੰ ਛੁਰੀ ਮਾਰ ਦਿੱਤੀ। ਛੁਰੀ ਮਾਰਨ ਦੇ ਨਾਲ ਦੌਰਾਨ ਇਲਾਜ ਮੌਤ ਹੋ ਗਈ। ਪੁਲਿਸ ਟੀਮਾਂ ਤਿਆਰ ਕਰਕੇ ਇਮੀਜੀਏਟਲੀ ਪੁਲਿਸ ਟੀਮਾਂ ਤਿਆਰ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਾਸਤੇ ਰੇਡ ਕੀਤੇ ਜਾ ਰਹੇ ਹਨ। ਮਤਵਫੀ ਦਾ ਵਾਰਸ ਅੱਜ ਤੱਕ ਨਹੀਂ ਮਿਲਿਆ, ਮਿਲਣ 'ਤੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਪਲੀਜ਼ ਸਬਸਕ੍ਰਾਈਬ ਅਵਰ ਚੈਨਲ ਫੋਰ ਮੋਰ ਅਪਡੇਟਸ। ਯੂ ਕੈਨ ਫੋਲੋ ਅਸ ਟਵਿੱਟਰ ਐਂਡ ਫੇਸਬੁੱਕ। ਕਾਲੇ ਇਲਮ ਅਤੇ ਰੂਹਾਨੀ ਇਲਮ ਦੇ ਮਾਹਿਰ ਬਾਬਾ ਰਹਿਮਤ ਖਾਨ 2 ਘੰਟੇ 'ਚ ਘਰ ਬੈਠੇ ਸਮਾਧਾਨ। ਵਸ਼ੀਕਰਨ ਕਰਨਾ ਜਾਂ ਤੋੜਨਾ, ਪਿਆਰ ਵਿੱਚ ਧੋਖਾ, ਲਵ ਮੈਰਿਜ, ਪਤੀ ਪਤਨੀ ਵਿੱਚ ਅਣਬਣ, ਸੌਤਨ ਦੁਸ਼ਮਣ ਦਾ ਨਾਸ਼ ਅਤੇ ਲਾਟਰੀ ਨੰਬਰ ਦੇ ਮਾਹਿਰ ਬਾਬਾ ਰਹਿਮਤ ਖਾਨ, ਧੋਖਾ ਖਾਧੇ ਲੋਕ ਸਾਨੂੰ ਇੱਕ ਵਾਰ ਫੋਨ ਜ਼ਰੂਰ ਕਰੋ ਸੰਪਰਕ 7039998981।